ਆਦੇ ਵਿੱਚ ਗਊਸ਼ਾਲਾ ਕੀ ਕੀ ਪ੍ਰਬੰਧ ਨੇ ਜਿਹੜੇ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਕੀ ਕੀ ਤੁਹਾਨੂੰ ਔਂਕੜਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਐਦਾਂ ਇੱਕ ਨਾਬਾ ਗਊਸ਼ਾਲਾ ਦੇ ਵਿੱਚ ਹੀ ਤਕਰੀਬਨ 2000 ਤੋਂ ਲੈ ਕੇ 2200 ਗਊ ਹੈ ਜੀ ਗਊ ਧਾਨੇ ਜਿਹਦੇ ਵਿੱਚ ਸਾਡੇ ਲਈ ਤਿੰਨ ਯੂਨਿਟ ਬਣਾਏ ਹੋਏ ਨੇ ਨਾਬੇ ਦੇ ਵਿੱਚ ਦੋ ਯੂਨਿਟ ਨੇ ਆਮੋ ਸਾਹਮਣੇ ਸਾਡੇ ਗਊਸ਼ਾਲਾ ਦੇ ਵਿੱਚ ਇੱਕ ਸਾਡੇ ਲਈ ਵਿਜੀਤਪੁਰ ਗਊਸ਼ਾਲਾ ਉਹਦੇ ਵਿੱਚ ਇੱਕ ਯੂਨਿਟ ਹੈ ਜੀ ਬਣਾਇਆ ਤਕਰੀਬਨ 7 700 ਗਊ ਤਿੰਨੇ ਯੂਨਿਟਾਂ ਦੇ ਵਿੱਚ ਹੈ ਜੀ ਗਊਸ਼ਾਲਾ ਨਾਭਾ ਬਹੁਤ ਹੀ ਮਿਹਨਤ ਨਾਲੇ ਗਊਸ਼ਾਲਾ ਕਰਮਹਾਰਾਜ ਨਾਭਾ ਸਾਹਿਬ ਦੀ ਗਊਸ਼ਾਲਾ ਬਸਾਈ ਹੋਈ ਹੈ ਪਰ ਨਾਭਾ ਸਾਹਿਬ ਨੇ ਇਹ ਗਊਸ਼ਾਲਾ ਦਾ ਨੀਂ ਪੱਥਰ ਰੱਖ ਕੇ ਸ਼ਹਿਰ ਦੇ ਲੋਕਾਂ ਨੂੰ ਇਸ ਮਾਈ ਗਈ ਸ਼ਹਿਰ ਦੇ ਵਿੱਚ ਗਊਸ਼ਾਲਾ ਦੇ ਵਿੱਚ ਬਹੁਤ ਗਊਸ਼ਾਲਾ ਚਲਾਣੀ ਆਮ ਬੰਦੇ ਦੇ ਵਸਦਾ ਮਾਨ ਸਾਹਿਬ ਵਸਦੀ ਗੱਲ ਨਹੀਂ ਹੈਗੀ ਇਹ ਭਗਵਾਨ ਕ੍ਰਿਸ਼ਨ ਨੇ ਭਗਵਾਨ ਮੇਰੇ ਠਾਕੁਰ ਜੀ ਇਸ ਨੂੰ ਚਲਾ ਰਹੇ ਨੇ ਸ਼ਹਿਰ ਵਾਸੀਆਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਰੋਜ਼ਾਨਾ ਦਾ ਖਰਚਾ ਜਿਹੜਾ ਲੱਖ ਤੋਂ ਡੇਢ ਲੱਖ ਰੁਪਈਆ ਰੋਜ਼ਾਨਾ ਦਾ ਜਣੀ ਮਹੀਨੇ ਦਾ 45 40 45 ਲੱਖ ਰੁਪਈਆ ਐਵਰੇਜ ਹੈ ਜੀ ਹਾਂ ਤਕਰੀਬਨ 4 ਕਰੋੜ ਰੁਪਈਆ ਦਾ ਸਾਡਾ ਬਜਟ ਹੈ ਇਸ ਸਾਲ ਦਾ ਇੱਕ ਸਾਲ ਦਾ ਇੱਕ ਸਾਲ ਦਾ ਜੀ ਹਾਂ ਜੀ 4 ਕਰੋੜ ਦਾ ਬਜਟ ਹੈ ਜਿਹਦੇ ਚ ਅਸੀਂ ਸਾਡੇ ਲਈ ਹੁਣ ਬਹੁਤ ਵੱਡਾ ਇਸ ਟਾਈਮ ਮੂਰੇ ਟਾਰਗੇਟ ਹੈ ਅਸੀਂ ਤਕਰੀਬਨ ਟੂੜੀ ਦਾ ਰੇਟ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਸਾਨੂੰ ਤਕਰੀਬਨ ਤਕਰੀਬਨ 1 ਕਰੋੜ ਰੁਪਏ ਦੀ ਲੋੜ ਹੈ ਜਿਹੜੀ ਕਿ ਟੂੜੀ ਲਈ ਪਰਚੇਜ਼ ਕਰਨ ਲਈ ਲੋੜ ਹੈ ਟੂੜੀ ਤੇ ਅ ਅਚਾਰ ਵਗੈਰਾ ਪਾਣ ਲਈ ਸਾਨੂੰ 1 ਕਰੋੜ ਰੁਪਏ ਦੀ ਲੋੜ ਹੈ ਜੀ ਫਿਲਹਾਲ ਜੀ April ਦੇ ਵਿੱਚ ਸਾਡੇ ਲਈ ਬਹੁਤ ਵੱਡਾ ਟਾਰਗੇਟ ਹੁੰਦਾ ਹੈ ਕਿਉਂਕਿ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਜਿਹਦੇ ਘਰੇ ਦਾਣੇ ਉਹਦੇ ਕੰਬਲੇ ਵੀ ਸਿਆਣੇ ਸਾਨੂੰ ਇਹ ਸਿਸਟਮ ਹੈ ਵੀ ਤੂੜੀ ਸਾਡੇ ਲਈ ਬਹੁਤ ਮਸਤ ਹੈ ਕਿਉਂਕਿ ਗਊਆਂ ਨੂੰ ਤੂੜੀ ਪਾਣੀ ਬਹੁਤ ਜ਼ਰੂਰੀ ਹੈ ਸਮੇਂ ਦੀ ਸਰਕਾਰਾਂ ਨੇ ਸਰਕਾਰਾਂ ਵੀ ਤੁਹਾਨੂੰ ਕੋਈ ਸਹਿਯੋਗ ਦਿੰਦੀਆਂ ਨੇ ਕੋਈ ਗ੍ਰਾਂਟ ਵਗੈਰਾ ਦਿੰਦੀਆਂ ਨੇ ਫਿਰ ਇਹ ਤਾਂ ਹੀ ਗੱਲ ਹੈ ਵੀ ਅਕਾਲੀ ਦਲ ਦੀ ਸਰਕਾਰ ਨੇ ਸਾਨੂੰ ਵੀ ਗ੍ਰਾਂਟ ਦਿੱਤੀ ਲੇਕਿਨ ਥੋੜੇ ਲੈਵਲ ਤੇ ਦਿੱਤੀ ਲੇਕਿਨ ਪਿੱਛੇ ਕਾਂਗਰਸ ਸਰਕਾਰ ਨੇ ਸਾਡੀ ਸਪੋਰਟ ਕੀਤੀ ਕਾਂਗਰਸ ਸਰਕਾਰ ਨੇ ਸਾਨੂੰ ਗ੍ਰਾਂਟ ਵੀ ਆਈ ਔਰ ਸਾਨੂੰ ਨਗਰ ਕੌਂਸਲ ਨਾ ਬਣੇ 1 ਲੱਖ ਰੁਪਏ ਪਰਮਨੈਂਟ ਗ੍ਰਾਂਟ ਦਾ ਦਿੱਤਾ ਤਕਰੀਬਨ 5 ਸਾਲ ਕਰਾਂ ਸਰਕਾਰ ਰਹੀ 5 ਸਾਲ ਸਾਨੂੰ ਗ੍ਰਾਂਟ ਆਂਦੀ ਰਹੀ ਤਕਰੀਬਨ ਹੁਣ ਵੀ ਸਰਕਾਰ ਨੇ ਸਾਨੂੰ ਵਾਅਦਾ ਤਾਂ ਕੀਤਾ ਹਜੇ ਆਏ ਨਹੀਂ ਹੈਗੇ ਪੈਸੇ ਸਾਡੇ ਲਈ ਕੋਈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡੇ ਮਾਨਯੋਗ ਐਮ.ਐਲ.ਏ. ਸਾਹਿਬ ਨੂੰ ਕੀਤੀ ਹੈ ਬੇਨਤੀ ਵੀ ਸਾਨੂੰ 1 ਲੱਖ ਰੁਪਏ ਦਾ ਨਗਰ ਕੌਂਸਲ ਤੋਂ ਜਿਹੜਾ ਆਂਦਾ ਸੀ ਉਹ ਚਾਲੂ ਕਰਾਇਆ ਜਾਵੇ ਸਾਡਾ 1 ਲੱਖ ਰੁਪਏ ਨਾਲ ਵੈਸੇ ਬੰਦਦਾ ਸਾਡਾ ਕੁਝ ਨਹੀਂ ਕਿਉਂਕਿ ਕਾਰਨ ਕੀ ਹੈ ਕਿ ਸਹਿਯੋਗ ਜਾਂ ਕਾਰਨ ਕੇ ਵੀ ਮੇਰਾ ਖਿਆਲ ਹੈ 50 60 70 ਹਜ਼ਾਰ ਰੁਪਏ ਦਾ ਸਾਡਾ ਮਹੀਨੇ ਦਾ ਦਵਾਈਆਂ ਤੇ ਲੱਗਦਾ ਜੇ ਕੋਈ ਐਕਸੀਡੈਂਟਲ ਗਊਆਂ ਸੀ ਲੈ ਕੇ ਆਨੇ ਆ ਐਕਸੀਡੈਂਟਲ ਜਿੰਨੀਆਂ ਵੀ ਗਊਆਂ ਹੁੰਦੀਆਂ ਨੇ ਔਰ ਨਗਰ ਗਊਸ਼ਾਲਾ ਨਾਲ ਪਈ ਲੈ ਕੇ ਆਂਦੀ ਆ ਇਹ ਤੇ ਵੀ ਕਿਤੇ ਐਕਸੀਡੈਂਟ ਸਾਡੀ ਟੀਮ ਵਰਕ ਹੈ ਔਰ ਸਾਡੇ ਮੁੰਡੇ ਨੇ ਇੱਕ ਬਹੁਤ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਰੋਜ਼ ਸ਼ਾਮ ਨੂੰ 10-12 ਮੁੰਡੇ ਬਹੁਤ ਔਰੇ ਮਿਹਨਤ ਕਰਕੇ ਕੰਮ ਕਰਦੇ ਨੇ ਕਿੰਨੇ ਕੁ ਜਿਹੜੇ ਉੱਥੇ ਗਊਸ਼ਾਲਾ ਦੇ ਵਿੱਚ ਮੁਲਾਜ਼ਮ ਰੱਖੇ ਹੋਏ ਨੇ ਜਿਹੜੇ ਉਹ ਉਹਨਾਂ ਨੂੰ ਕੱਖ ਵਗੈਰਾ ਪਾਉਂਦੇ ਨੇ ਕੋਈ ਜ਼ਮੀਨ ਵੀ ਹੈਗੀ ਗਊਸ਼ਾਲਾ ਲਵੇ ਹਾਂਜੀ ਤਕਰੀਬਨ ਸੱਟਲ ਵਿੱਚ 100 ਤੋਂ ਉੱਪਰ ਮੁਲਾਜ਼ਮ ਹੈ ਜੀ ਜਿਹਦੀ ਤਕਰੀਬਨ 8 ਲੱਖ ਰੁਪਏ ਮਹੀਨੇ ਦੀ ਸੈਲਰੀ ਹੈ ਜੀ ਜਿਹੜੀ ਗਊਸ਼ਾਲਾ ਨਾਬਾ ਪੇ ਕਰਦੀ ਹੈ ਜੀ ਉਹ ਨਾਬਾਬੀਆ ਨਾਬਦੇ ਸਾਹਮਣੇ ਤੋਂ ਨੰਬਰ ਯੂਨਿਟ ਵੀ ਆ ਔਰ ਬਜੀਤਪੁਰ ਕੌਸ਼ਲਾ ਵੀ ਹੈ ਤੇ ਨਾ ਦਾਂਦੇ ਸਾਡੇ ਲਈ ਜ਼ਮੀਨ ਵੀ ਹੈ ਜੀ ਜ਼ਮੀਨ ਵੀ ਹੈ ਸਾਡੇ ਲਈ ਜ਼ਮੀਨ ਦੇ ਵਿੱਚ ਅਸੀਂ ਹਰਾਚਾਰਾ ਹੀ ਬੀਜਦੇ ਆ ਥੋੜੀ ਬਹੁਤੀ ਜੇ ਕੋਈ ਐਕਸਟਰਾ ਹੁੰਦੀ ਤਾਂ ਅਸੀਂ ਕਣਕ ਜੀਰੀ ਬੀਜ ਕੇ ਵੀ ਆਪਣਾ ਕੰਮ ਚਲਾਉਂਦੇ ਆ ਜੀ ਹੋਰ ਇਨਕਮ ਦਾ ਸੋਰਸ ਸਾਡੇ ਲਈ ਇਨਕਮ ਦਾ ਹੋਰ ਤਾਂ ਕੋਈ ਸੋਰਸ ਨਹੀਂ ਹੈਗਾ ਜੀ ਸਾਡੇ ਲਈ ਤਕਰੀਬਨ ਜਿਵੇਂ ਦੁੱਧ ਦੀ ਆਮਦਨ ਹੈ ਜੀ ਤਕਰੀਬਨ 5 5.5 ਲੱਖ ਰੁਪਏ ਮਹੀਨੇ ਦਾ ਅਸੀਂ ਦੁੱਧ ਵੇਚਦੇ ਆ ਜੀ ਹੋਰ ਜਿਹੜੇ ਕੋਈ ਮੰਨ ਮਿੰਡਰ ਬਾਕੀ ਲੋਕਾਂ ਦੇ ਦਾਨ ਪੁੰਨ ਬਹੁਤ ਹੈ ਜੀ ਸਾਡੇ ਲਈ ਵੀ ਐਸੀ ਕੋਈ ਬਾਤ ਨਹੀਂ ਹੈਗੀ ਲੇਕਿਨ ਗਊਸ਼ਾਲਾਾਂ ਮੇਂ ਇਕੱਲੀ ਨਾਬਾ ਨਹੀਂ ਨਾਬਾ ਤਾਂ ਚਲੋ ਫੇਰ ਵੀ ਸਾਰੇ ਪੰਜਾਬ ਦੇ ਗਊਸ਼ਾਲੇ ਇਸ ਟਾਈਮ ਬਹੁਤ ਜ਼ਿਆਦਾ ਕ੍ਰਾਈਸੀਸ ਚ ਨੇ ਗਊਸ਼ਾਲਾ ਚਲਾਣੀ ਏ ਭਗਵਾਨ ਹੀ ਚਲਾ ਰਹੇ ਨੇ ਬੰਦੇ ਦੇ ਕਿਸੇ ਦਾ ਬਸਦਾ ਕੰਮ ਨਹੀਂ ਹੈਗਾ ਗਊਸ਼ਾਲਾ ਨਾਬਾ ਦੇ ਵਿੱਚ ਤਾਂ ਖਰ ਬਹੁਤ ਲੋਕ ਸਾਨੂੰ ਸਹਿਯੋਗ ਦਿੰਦੇ ਸਾਰਾ ਸ਼ਹਿਰ ਆਰਟੀਆ ਐਸੋਸੀਏਸ਼ਨ ਸਾਨੂੰ ਪਰਮਨੈਂਟ ਹਰ ਸਾਲ ਤਰਮਾਦਾ ਦਿੰਦੀ ਹੈ ਉਹ ਸਾਡੀ ਬਹੁਤ ਮਦਦ ਕਰਦੀ ਹੈ ਹੋਰ ਆੜਤੀਏ ਜਿਹੜੇ ਵੀਰ ਨੇ ਸ਼ੈਲਰ ਵਾਲੇ ਵੀਰ ਨੇ ਉਹ ਵੀ ਸਾਡੀ ਬਹੁਤ ਮਦਦ ਕਰਦੇ ਨੇ ਸ਼ਹਿਰ ਦੇ ਵਿੱਚੋਂ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਲੋਕਾਂ ਕੰਨੀਓ ਕੋਈ ਘਾਟ ਨਹੀਂ ਖਰਚੇ ਹੀ ਬਹੁਤ ਐਕਸਟਰਾ ਜਿਹਦੇ ਕਰਕੇ ਸਾਨੂੰ ਦਿੱਕਤ ਆਉਂਦੀ ਹੈ ਸਰਕਾਰਾਂ ਤੋਂ ਕੋਈ ਮੰਗ ਹੋਵੇ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਕਿਦਾ ਗਊ ਸੈਸ ਦੇ ਪੈਸੇ ਸਾਨੂੰ ਗਊਸ਼ਾਲਾ ਨੂੰ ਮਿਲਨੇ ਚਾਹੀਦੇ ਨੇ ਜੀ ਇੱਕ ਐਸੀ ਇਹ ਗਊਸ਼ ਬੇਨਤੀ ਕਰਦੇ ਆਂ ਵੀ ਸਾਨੂੰ ਗਊ ਨਗਰ ਕਾਉਂਸਲ ਜਿਵੇਂ ਕਿ ਆਲੇਦੁਆਲੇ ਪੰਜਾਬ ਦੇ ਵਿੱਚ ਮਲੇਰਕੋਟਲਾ, ਸੰਗਰੂਰ, ਧੂਰੀ ਸਾਰੀਆਂ ਗਊਸ਼ਾਲਾ ਨੂੰ ਨਗਰ ਕੌਂਸਲ ਹੈਲਪ ਕਰਦੀ ਹੈ। ਮਲੇਰਕੋਟਲਾ 2 ਲੱਖ ਰੁਪਏ ਮਹੀਨਾ ਦੇ ਰਹੀ ਹੈ, ਸੰਗਰੂਰ 3 ਲੱਖ ਰੁਪਏ ਮਹੀਨਾ ਦੇ ਰਹੀ ਹੈ ਨਗਰ ਕੌਂਸਲ। ਅਸੀਂ ਵੀ ਆਪਣੀ ਕਮੇਟੀ ਨੂੰ ਇਹ ਚਾਹੁੰਦੇ ਹਾਂ ਸਾਡੇ ਪ੍ਰਧਾਨ ਜੀ ਨੂੰ, ਸਜਾਤਾ ਚਾਵਲਾ ਜੀ ਨੂੰ, ਐਮਐਲਏ ਸਾਹਿਬ ਨੂੰ ਤੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਕਿਵੇਂ ਨਾ ਕਿਵੇਂ ਕਰਕੇ 2 ਲੱਖ ਰੁਪਏ ਮਹੀਨਾ ਨਗਰ ਕੌਂਸਲ ਨਾਬਾ ਤੋਂ ਦੁਲਾਇਆ ਜਾਵੇ। ਜੀ ਮੀਡੀਆ ਲਈ ਹਰਮਿਤ ਸਿੰਘ ਮਾਨ